ਆਪਾਂ ਕਿੱਥੋਂ ਆ ਪੰਜਾਬ ਤੋਂ ਨਵਾਂ ਸ਼ਹਿਰ ਭਾਜੀ ਨਵਾਂ ਸ਼ਹਿਰ ਤੇ ਫਿਰ ਰਹਿੰਦੇ ਵੀ ਇੱਥੇ ਹੀ ਆ ਹਾਂਜੀ ਹਾਂਜੀ ਇੱਥੇ ਤਾਂ ਤੁਸੀਂ ਸਾਰੇ ਜਣੇ ਦੇਖ ਕੇ ਤੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿੱਦਾਂ ਦਾ ਤੁਹਾਨੂੰ ਬਾਈ ਦਾ ਸਕੈਚ ਲੱਗਾ ਤੇ ਕਿੱਦਾਂ ਦੀ ਬਾਈ ਦੀ ਕਲਾਕਾਰੀ ਲੱਗੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਨਾ ਅੱਜ ਆਏ ਹੋਏ ਸੀਗੇ ਮਕਲੋੜਗੰਜ ਤੇ ਮਕਲੋੜਗੰਜ ਇੱਕ ਪੰਜਾਬੀ ਭਰਾ ਦੇਖਿਆ ਤੇ ਬੜਾ ਹੀ ਬਾਈ ਦੀ ਹੱਥ ਦੇ ਵਿੱਚ ਕਲਾ ਆ ਤੇ ਮੈਂ ਸੋਚਿਆ ਤੁਹਾਨੂੰ ਭਰਾ ਦੇ ਨਾਲ ਮਿਲਾਉਣੇ ਆ ਤੇ ਤੁਹਾਨੂੰ ਭਰਾ ਦੀ ਕਲਾ ਵੀ ਦਿਖਾਉਣੇ ਆ ਤੇ ਮੈਂ ਕਹੂੰਗਾ ਭਾਜੀ ਨੂੰ ਦਿਖਾ ਦੇ ਭਾਜੀ ਦਿਖਾਓ ਦਾ ਕੀ ਬਣਾਉਣੇ ਆ ਜੀ ਬਹੁਤ ਭਾਜੀ ਨੇ ਅੱਛਾ ਭਾਜੀ ਦਾ ਸਕੈਚ ਬਣਦਾ ਪਿਆ ਹਾਂਜੀ ਹਾਂਜੀ ਅੱਛਾ ਭਾਜੀ ਦੇ ਨਾਲ ਮੈਮ ਦਾ ਹੈ ਹਾਂਜੀ ਸਹੀ ਹੈ ਸਹੀ ਹੈ ਸਹੀ ਹੈ ਤੇ ਭਾਜੀ ਕੀ ਚਾਰਜਸ ਕਰਦੇ ਆ ਇੱਕ ਸਕੈਚ ਦੇ ਇਹਦਾ ਭਾਜੀ 700 ਰੁਪਈਆ ਕਪਲ ਦਾ ਤੇ ਇੱਕ ਚੀਜ਼ ਹੋਰ ਹੈ ਭਾਜੀ ਆਪਾਂ ਕਿੱਥੋਂ ਆ ਪੰਜਾਬ ਤੋਂ ਨਵਾਂ ਸ਼ਹਿਰ ਭਾਜੀ ਨਵਾਂ ਸ਼ਹਿਰ ਤੇ ਫਿਰ ਰਹਿੰਦੇ ਵੀ ਇੱਥੇ ਹੀ ਆ ਹਾਂਜੀ ਹਾਂਜੀ ਇੱਥੇ ਕਿੰਨਾ ਚਿਰ ਹੋ ਗਿਆ ਭਾਜੀ ਇੱਥੇ ਪੀਜ਼ਾ ਦਾ ਅੱਛਾ ਪੀਜ਼ਾ ਸਾਲ ਐਸੀ ਜਗ੍ਹਾ ਤੇ ਦੁਕਾਨ ਆ ਆਪਣੀ ਠੀਕ ਹੈ ਫਿਰ ਫੈਮਿਲੀ ਵੀ ਇੱਥੇ ਹੀ ਆ ਰਹੇ ਇਕੱਲੇ ਹੀ ਆ ਛੜੇ ਹੀ ਅੱਛਾ ਛੜੇ ਹੀ ਸਹੀ ਹੈ ਸਹੀ ਹੈ ਸਹੀ ਹੈ ਤੇ ਮੈਂ ਕਹੂੰਗਾ ਇੱਕ ਵਾਰੀ ਸਕੈਚ ਜ਼ਰੂਰ ਦਿਖਾ ਦਿਓ ਉੱਧਰ ਭਾਜੀ ਦੀ ਦਿਖਾ ਦੇ ਇੱਧਰ ਭੈਣ ਜੀ ਹੁਣੀ ਵੀ ਖੜੇ ਆ ਤੇ ਇਹ ਭਾਜੀ ਆਵੇ ਕੌਣ ਇੱਧਰ ਸਾਹਮਣੇ ਆਈ ਹੋ ਜੀ ਭਾਜੀ ਲੁਧਿਆਣੇ ਵਾਲੇ ਆ ਇਹ ਇਹਨਾਂ ਦਾ ਭਾਜੀ ਫਨੀ ਸਕੈਚ ਬਣਾਇਆ ਇਹਨਾਂ ਦਾ ਹਾਂ ਅੱਛਾ ਫਨੀ ਸਕੈਚ ਬਣਾਉਂਦੇ ਪਏ ਆ ਭਾਜੀ ਹੁਣੀ ਤੇ ਇੱਧਰ ਵੀ ਭਾਜੀ ਹੁਣਾਂ ਦਿਖਾ ਦੇ ਤੇ ਸਕੈਚ ਦਿਖਾ ਦੇ ਇਹ ਦੇਖੋ ਜੀ ਇਹ ਭਾਜੀ ਹੁਣਾਂ ਦਾ ਸਕੈਚ ਬਣਾਉਂਦੇ ਪਏ ਆ ਭਾਜੀ ਭਾਜੀ ਤੁਸੀਂ ਕਿੱਥੋਂ ਆ ਜੀ ਭਾਜੀ ਲੁਧਿਆਣਾ ਤੋਂ ਜੀ ਅੱਛਾ ਤੁਸੀਂ ਵੀ ਪੰਜਾਬ ਤੋਂ ਆ ਜੀ ਠੀਕ ਆ ਫਨੀ ਸਕੈਚ ਬਣਦਾ ਪਿਆ ਹਲੇ ਬਹੁਤ ਸੋਹਣਾ ਬਣਦਾ ਪਿਆ ਤੁਸੀਂ ਦੇਖ ਲਿਆ ਹੋਣਾ ਨਾ ਜੀ ਜੀ ਦੇਖਿਆ ਤਾਂ ਹੋਣਾ ਤੁਹਾਨੂੰ ਕਿ ਠੀਕ ਆ ਤੁਸੀਂ ਆ ਭਾਜੀ ਦੀ ਆ ਆਰਟ ਦੇਖ ਕੇ ਰੁਕੇ ਹੋਣੇ ਆ ਜੀ ਜੀ ਸਹੀ ਆ ਭਾਜੀ ਉਦਾਂ ਵੀ ਭਾਜੀ ਜਿੱਥੇ ਆਪਾਂ ਜਾਂਦੇ ਆ ਨਾ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਆਪਣੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਉੱਪਰ ਨਾ ਸਾਨੂੰ ਦੋ ਤਿੰਨ ਇੱਕ ਦੋ ਪ੍ਰੋਬਲਮ ਆਈਆਂ ਪਰ ਇੱਥੇ ਮੈਂ ਦੇਖਿਆ ਜਿਹੜੇ ਇੱਥੇ ਲੋਕਲ ਦੁਕਾਨਦਾਰ ਆ ਉਹ ਕਿਸੇ ਦੀ ਹੈਲਪ ਨਹੀਂ ਕਰਦੇ ਹੈਗੇ ਇਹ ਆਪਣੇ ਫਿਰ ਵੀ ਪੰਜਾਬੀਆਂ ਦੇ ਜੇ ਕਿਤੇ ਵੀ ਅਸੀਂ ਤਾਂ ਕੋਈ ਢਾਬੇ ਤੇ ਵੀ ਰੁਕੀ ਤਾਂ ਅਸੀਂ ਕੋਸ਼ਿਸ਼ ਕਰੀ ਦੀ ਵੀ ਆਪਣੇ ਕਿਤੇ ਪੰਜਾਬੀਆਂ ਦੇ ਢਾਬੇ ਤੇ ਰੁਕੀਏ ਕਿਤੇ ਆਪਣੇ ਬੰਦਿਆਂ ਦੇ ਕੋਲ ਰੁਕੀਏ ਕਿਤੇ ਜਿਹੜੇ ਸਾਡੇ ਜੇਬ 'ਚੋਂ ਪੈਸੇ ਜਾਣੇ ਉਹ ਆਪਣੇ ਬੰਦਿਆਂ ਦੀ ਜੇਬ 'ਚ ਹੀ ਜਾਣ ਹੈ ਨਾ ਬਿਲਕੁਲ ਠੀਕ ਹੈ ਜੀ ਅਤੇ ਭਾਈ ਦਾ ਸਕੈਚ ਦੱਸ ਦਿਓ ਭਾਜੀ ਆਪਣਾ ਨਾਂ ਵੀ ਦੱਸ ਦਿਓ ਭਾਜੀ ਮੇਰਾ ਨਾਂ ਹੈਗਾ ਸੁਭਾਸ਼ ਕੁਮਾਰ ਸੁਭਾਸ਼ ਕੁਮਾਰ ਠੀਕ ਹੈ ਜੀ ਠੀਕ ਹੈ ਅਤੇ ਬਾਈ ਜੀ ਸੁਭਾਸ਼ ਕੁਮਾਰ ਆ ਜੀ ਦੇਖੋ ਜਿਹੜਾ ਸਕੈਚ ਬਣਾਉਂਦੇ ਪਏ ਆ ਅਤੇ ਸਕੈਚ 'ਤੇ ਰੱਖੀ ਦੋ ਮਿੰਟ ਭਾਜੀ ਕਿੰਨਾ ਟਾਈਮ ਲੱਗ ਜਾਂਦਾ ਇੱਕ ਸਕੈਚ ਨੂੰ ਭਾਜੀ ਇਹਨੂੰ ਲੱਗੇ ਜਾਂਦਾ 20-25 ਮਿੰਟ ਲੱਗ ਜਾਂਦੇ ਆ ਅੱਛਾ 25 ਮਿੰਟ ਇੱਕ ਸਕੈਚ ਨੂੰ ਲੱਗ ਜਾਂਦੇ ਕਪਲ ਨੂੰ ਹਾਂਜੀ ਲੱਗ ਜਾਂਦੇ ਹੈਗੇ ਆ ਠੀਕ ਆ ਤੁਸੀਂ ਕਿੰਨੇ ਪੈਸੇ ਦੱਸੇ ਸੀ ਇੱਕ ਸਕੈਚ ਦੇ ਇਹਨਾਂ ਦਾ ਭਾਜੀ 700 ਰੁਪਈਆ ਕਪਲ ਦਾ ਅੱਛਾ 700 ਰੁਪਈਆ ਕਪਲ ਦਾ ਸਿੰਗਲ ਦਾ ਹੁੰਦੇ ਦਾ ਸਿੰਗਲ ਦਾ 400 ਜੀ ਸਿੰਗਲ ਦਾ 400 ਠੀਕ ਹੈ ਬਾਈ ਦੇ ਹੱਥ 'ਚ ਦੇਖੋ ਕਲਾ ਘੈਂਟ ਅਤੇ ਇਹ ਜ਼ਿਆਦਾ ਆ ਜਿਹੜੇ ਨਾਲ ਲੈ ਕੇ ਜਾਣੀ ਆ ਭਾਜੀ ਹੁਣੀ ਸਕੈਚ ਨਾਲ ਬਣਾ ਕੇ ਲੈ ਕੇ ਜਾਣਾ ਅਤੇ ਯਾਦ ਰਹੂਗਾ ਹਮੇਸ਼ਾ ਪੇ ਉੱਥੋਂ ਸਕੈਚ ਬਣਾਇਆ ਸੀ ਹੈ ਨਾ ਤੇ ਭਾਜੀ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਜਿੱਦਾਂ ਕਿ ਤੁਸੀਂ ਕਹਿੰਦੇ 3 ਸਾਲ ਤੋਂ ਰਹਿੰਦੇ ਆ ਦਿੱਕਤ ਭਾਜੀ ਕੋਈ ਨਹੀਂ ਹੈਗੀ ਅੱਛਾ ਪਹਿਲਾਂ ਪੰਜਾਬ ਵਿੱਚ ਵੀ ਟਰਾਈ ਕੀਤਾ ਸੀ ਵੀ ਪੰਜਾਬ 'ਚ ਆ ਕੰਮ ਕੀਤਾ ਜਾਵੇ ਜਾਂ ਇੱਥੇ ਸ਼ੁਰੂਆਤ ਹੀ ਇੱਥੇ ਟਰਾਈ ਕੀਤਾ ਸ਼ੁਰੂਆਤ ਹੀ ਇੱਥੇ ਕੀਤੀ ਭਾਜੀ ਅੱਛਾ ਸ਼ੁਰੂਆਤ ਹੀ ਸਿੱਖਿਆ ਕਿੱਥੋਂ ਸੀ ਭਾਜੀ ਇਹ ਇੱਥੇ ਸਿੱਖਿਆ ਭਾਜੀ ਅੱਛਾ ਸਿੱਖਿਆ ਵੀ ਇੱਥੋਂ ਹੀ ਆ ਆਪਣੇ ਉਸਤਾਦ ਦੇ ਨਾਲ ਕੰਮ ਕਰਦਾ ਸੀ ਇੱਥੇ ਅੱਛਾ ਉਸਤਾਦ ਦੇ ਨਾਲ ਤੇ ਉਹਨਾਂ ਨਾਲ ਹੀ ਰਹਿ ਕੇ ਸਿੱਖਿਆ ਮੈਂ ਠੀਕ ਆ ਜੀ ਵੈਸੇ ਉਹ ਹੈਗੇ ਆ ਫਰਾਂਸ ਤੋਂ ਆਈਫਲ ਟਾਵਰ ਤੇ ਕੰਮ ਕਰਦੇ ਆ ਅੱਛਾ ਫਰਾਂਸ ਤੋਂ ਹਾਂਜੀ ਆਈਫਲ ਟਾਵਰ ਤੇ ਕੰਮ ਕਰਦੇ ਠੀਕ ਆ ਭਾਜੀ ਤੇ ਉਹਨਾਂ ਕੋਲੋਂ ਸਿੱਖਿਆ ਭਾਜੀ ਠੀਕ ਆ ਜੀ ਠੀਕ ਆ ਤੇ ਇੱਕ ਵਾਰੀ ਆਪਾਂ ਰਿਐਕਸ਼ਨ ਵੀ ਜ਼ਰੂਰ ਲਵਾਂਗੇ ਜਦੋਂ ਸਕੈਚ ਭਾਜੀ ਦੇਣ ਲੱਗਾ ਤਾਂ ਸਕੈਚ ਮੈਨੂੰ ਲੱਗਦਾ ਪੂਰਾ ਹੋ ਚੁੱਕਾ ਹੈ ਨਾ ਹੋ ਗਿਆ ਹੈ ਨਾ ਤੇ ਇੱਕ ਵਾਰੀ ਭਾਜੀ ਉਹਨਾਂ ਨੂੰ ਉੱਧਰ ਖੜਾ ਕਰਕੇ ਤੇ ਬਾਈ ਨੂੰ ਉਹਨਾਂ ਜਦੋਂ ਦੂਜਾ ਦਊਗੇ ਤਾਂ ਸਕੈਚ ਫੜਾਊਗੇ ਤਾਂ ਉਹ ਜ਼ਰੂਰ ਲੈ ਲਈ ਲਓ ਜੀ ਭਾਜੀ ਹੁਣੀ ਵੀ ਸੱਚੀ ਉਸੇ ਤਰ੍ਹਾਂ ਸਮਾਈਲ ਕਰਦੇ ਆ ਤੇ ਜਿੰਨੀ ਸੋਹਣੀ ਭਾਜੀ ਨੇ ਸਕੈਚ ਬਣਾਇਆ ਤੇ ਤੁਸੀਂ ਸਾਰੇ ਜਣੇ ਦੇਖ ਕੇ ਤੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ
ਤੇ ਕਿੱਦਾਂ ਦਾ ਤੁਹਾਨੂੰ ਬਾਈ ਦਾ ਸਕੈਚ ਲੱਗਾ ਤੇ ਕਿੱਦਾਂ ਦੀ ਬਾਈ ਦੀ ਕਲਾਕਾਰੀ ਲੱਗੀ ਆ ਤੇ ਭਾਜੀ ਆਪਣਾ ਨੰਬਰ ਵੀ ਜ਼ਰੂਰ ਬੋਲ ਦਿਓ ਵੀਡੀਓ ਦੇ ਵਿੱਚ ਹਾਂਜੀ ਭਾਜੀ ਮੇਰਾ ਹੈਗਾ 9814278443 ਠੀਕ ਹੈ ਜੀ ਠੀਕ ਹੈ ਭਾਜੀ ਨੇ ਬਹੁਤ ਸੋਹਣਾ ਸਕੈਚ ਬਣਾਇਆ ਵੀ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ